'ਚ ਪੰਜਾਬੀ ਵਿਅਕਤੀ ਦਾ ਗੋਲੀਆਂ ਮਾਰ ਕੇ ਕਤਲ। ਅਮਰੀਕਾ ਦੇ ਸ਼ਹਿਰ ਸ਼ਿਕਾਗੋ ਵਿਖੇ ਇੱਕ ਅਮਰੀਕਾ ਮੂਲ ਦੇ ਇੱਕ ਕਾਲੇ ਵਿਅਕਤੀ ਦੇ ਲੀਕਰ ਸਟੋਰ ਦੇ ਮਾਲਕ ਨੂੰ ਗੋਲੀਆਂ ਮਾਰ ਕੇ ਉਸਦੀ ਹੱਤਿਆ ਕਰ ਦਿੱਤੀ ਹੈ। ਮ੍ਰਿਤਕ ਦੀ ਪਹਿਚਾਣ ਨਵੀਨ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਕੁੱਕਾ ਤਲਵੰਡੀ ਹਾਲ ਵਾਸੀ ਨਡਾਲਾ ਤੇ ਸਾਬਕਾ ਪ੍ਰਧਾਨ ਲੋਕਲ ਪ੍ਰਬੰਧਕ ਕਮੇਟੀ ਨਡਾਲਾ ਜਥੇਦਾਰ ਸੂਰਤ ਸਿੰਘ ਦੇ ਜਵਾਈ ਵਜੋਂ ਹੋਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੂਰਤ ਸਿੰਘ ਦੇ ਛੋਟੇ ਭਰਾ ਅਵਤਾਰ ਸਿੰਘ ਮੁਲਤਾਨੀ ਨੇ ਦੱਸਿਆ ਕਿ ਨਵੀਨ ਸਿੰਘ ਆਪਣੇ ਪਰਿਵਾਰ ਨਾਲ ਪਿਛਲੇ 35 ਸਾਲ ਤੋਂ ਅਮਰੀਕਾ ਦੇ ਸ਼ਿਕਾਗੋ ਵਿੱਚ ਰਹਿ ਰਿਹਾ ਹੈ ਤੇ ਉਸਦੇ ਉੱਥੇ ਆਪਣੇ ਸਟੋਰ ਹਨ। ਬੀਤੀ ਰਾਤ ਅਮਰੀਕਾ ਦੇ 10:30 ਵਜੇ ਘਰ ਜਾਣ ਲਈ ਸਟੋਰ ਬੰਦ ਕਰਨ ਦੀ ਤਿਆਰੀ ਕਰ ਰਿਹਾ ਸੀ ਕਿ ਅਮਰੀਕਾ ਮੂਲ ਦਾ ਇੱਕ ਕਾਲਾ ਵਿਅਕਤੀ ਸਮਾਨ ਲੈਣ ਆਇਆ ਤੇ ਕਿਸੇ ਗੱਲ ਨੂੰ ਲੈ ਕੇ ਦੋਹਾਂ ਦਰਮਿਆਨ ਬਹਿਸਬਾਜ਼ੀ ਹੋਈ ਤੇ ਕਾਲੇ ਵਿਅਕਤੀ ਨੇ ਪੰਜਾਬੀ ਵਿਅਕਤੀ ਦੇ ਗੋਲੀਆਂ ਮਾਰ ਦਿੱਤੀਆਂ, ਜਿੱਥੇ ਕਿ ਉਸਦੀ ਮੌਕੇ ਤੇ ਹੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਅਮਰੀਕਾ ਪੁਲਿਸ ਨੇ ਉਕਤ ਦੋਸ਼ੀ ਕਾਲੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਤੇ ਸਟੋਰ ਨੂੰ ਸੀਲ ਕਰ ਦਿੱਤਾ ਹੈ। ਜੋਗਿੰਦਰ ਸਿੰਘ ਜਾਤੀਕੇ ਅਤੇ ਗੋਬਿੰਦ ਸੁਖੀਜਾ ਜੀ ਦੀ ਕਪੂਰਥਲਾ ਤੋਂ ਵਿਸ਼ੇਸ਼ ਰਿਪੋਰਟ। ਸਰ ਇਹ ਕੀ ਮਾਮਲਾ ਹੈ, ਜਿਨ੍ਹਾਂ ਦੀ ਡੈਥ ਹੋਈ ਕੀ ਲੱਗਦੀ ਸੀ ਤੁਹਾਡੇ? ਉਹ ਸਾਡੇ ਜਵਾਈ ਸੀ, ਭਰਾ ਦਾ ਜਵਾਈ ਸੀ। ਹਾਂਜੀ, ਕਿੱਦਾਂ ਵਾਪਰੀ ਘਟਨਾ ਸੀ? ਵਾਪਰੀ ਉਹ ਸਟੋਰ 'ਤੇ ਸੀਗਾ, ਲੀਕਰ ਸਟੋਰ ਸੀ, ਅਤੇ ਉਹ ਸੌਦਾ ਲੈਣ ਆਇਆ, ਦਰਦ ਦੁਰੂ ਲੈਣ ਵਾਲਾ, ਬਸ ਸਹੀ ਆ, ਮਾੜਾ ਮੋਟਾ ਆਇਆ ਉਹਨਾਂ ਨਾਲ ਵੀ ਇੱਦਾਂ ਕੋਈ ਰੇਟ ਰੂਟ ਤੋਂ ਗੱਲ ਵੀ ਨਹੀਂ, ਅਤੇ ਉਹ ਪ੍ਰਾਹੁਣੇ ਨੇ ਆਖਿਆ ਭਾਈ ਜੇ ਤੈਨੂੰ ਬਾਰਾ ਨਹੀਂ ਖਾਂਦਾ ਤਾਂ ਤੂੰ ਅਗਲੇ ਸਟੋਰ ਤੋਂ ਲੈ ਲੈ, ਸਾਡੇ 3 ਰੇਟ ਫਿਕਸ ਨੇ, ਨਾਲੇ ਇਹੀ ਕਿਹੜਾ ਨਵਾਂ ਕੰਮ ਕਰਨ, ਪੁਰਾਣਾ ਸਟੋਰ ਸਾਡਾ ਅੱਜ ਤਾਂ ਨਹੀਂ ਹੈਗਾ। ਮਾੜੀ ਮੋਟੀ ਗੱਲਬਾਤ ਹੋਈ ਅਤੇ ਉਹਨੇ ਚੱਕ ਕੇ ਗੋਲੀ ਮਾਰਤੀ। ਮੁੜ ਕੇ ਮੁੰਡੇ ਨਾਲ ਗੱਲ ਚੱਲਦੀ ਸੀ ਫੋਨ 'ਤੇ, ਮੁੰਡਾ ਕਿੱਥੇ ਸੀ? ਮੁੰਡਾ ਨਾਲ ਦੇ ਸਟੋਰ 'ਤੇ ਸੀ, ਆਪਣਾ ਸਟੋਰ ਸੀ ਇਹਨਾਂ ਦੇ, ਆਪਣੇ ਸਟੋਰ ਸੀ। ਜਦੋਂ ਫੋਨ 'ਤੇ ਪਤਾ ਲੱਗਾ ਵੀ ਗੋਲੀਆਂ ਦੀ ਆਵਾਜ਼ ਆਈ ਤਾਂ ਭੱਜ ਕੇ ਆਇਆ, ਅਤੇ ਆਉਂਦਿਆਂ ਨੂੰ ਉਹ ਡਿੱਗਾ ਪਿਆ ਸੀ, ਉਹਨੇ ਚੱਕ ਕੇ ਦੇਖਿਆ ਅਤੇ ਬਸ ਉਹਦੀ ਬਾਹਾਂ ਦੇ ਵਿੱਚ ਦਮ ਤੋੜ 'ਤੇ। ਇੰਨੇ ਕਰ ਦਿਨ ਪੁਲਿਸ ਆ ਗਈ। ਕਿੰਨੇ ਚਿਰ ਉੱਥੇ ਰਹਿ ਰਹੇ ਸੀ? ਉੱਥੇ ਤਕਰੀਬਨ ਕੋਈ 32-34 ਸਾਲ ਹੋ ਗਏ ਸੀ, ਇੰਨੇ ਸਾਰੇ ਲਗਭਗ ਹੋ ਗਏ। ਅਤੇ ਉਹਨਾਂ ਨੇ ਇੱਥੇ ਕਾਰੋਬਾਰ ਆਪਣੇ ਖੋਲ੍ਹਣਾ ਸੀ, 16 ਤਰੀਕ ਨੂੰ ਬੇਟੀ ਨੇ ਆਉਣਾ ਸੀ, ਉਸ ਤੋਂ ਬਾਅਦ ਉਹਨੂੰ ਕਹਿੰਦਾ ਵੀ ਤੁਸੀਂ ਜਾਓ ਅਤੇ ਮੈਂ ਆਣ ਕੇ ਫਿਰ ਇੱਕ ਜ਼ਮੀਨ ਲਈ ਸੀ, ਉਹਦਾ ਬਿਆਨਾ ਬੁਨਾ ਕੀਤਾ ਸੀ, ਇੱਥੇ ਆਪਣੇ ਕਾਰੋਬਾਰ ਖੋਲ੍ਹਣਾ ਸੀ। ਹੁਣ ਲਗਭਗ ਸਾਲ ਇੱਥੇ ਰਹਿਣਾ ਸੀ। ਚਲੋ ਮੈਨੂੰ ਕਹਿਣ ਲੱਗਾ ਚਾਚਾ ਜੀ ਇਹੀ ਹੁਣ ਇੱਥੇ ਹੀ ਆਪਣਾ ਕੰਮ ਸ਼ੁਰੂ ਕਰਨਾ, ਅਤੇ ਹੁਣ ਉੱਥੇ ਚਲੋ 2-3 ਸਟੋਰ ਹੈ, ਮੁੰਡੇ ਹੈਗੇ ਕੰਮ ਕਰਦੇ ਨੇ, ਅਤੇ ਹੁਣ ਬੜਾ ਹੋ ਗਿਆ ਇੱਥੇ ਹੀ ਆਪਾਂ ਕਾਰੋਬਾਰ ਖੋਲ੍ਹ ਕੇ ਆਪਣਾ ਇੱਥੇ ਬੰਦੇ ਰੱਖ ਕੇ ਕੰਮ ਕਰਾਉਣਾ। ਤੁਹਾਡੀ ਗੱਲਬਾਤ ਹੋਈ ਫੋਨ 'ਤੇ, ਪੁਲਿਸ ਨੇ ਕੀ ਕਾਰਵਾਈ ਕੀਤੀ? ਪੁਲਿਸ ਨੇ ਉਹਦੀ ਸਟੋਰ ਬੰਦ ਕਰਕੇ ਉਹਨਾਂ ਨੇ ਸੀਲ ਕਰਤਾ ਸੀ, ਅਤੇ ਬਾਡੀ ਦਿੱਤੀ ਨਹੀਂ ਹਾਲ ਤੱਕ ਉਹਨਾਂ ਨੇ, ਅਤੇ ਹੁਣ ਸਾਡੇ ਪਰਿਵਾਰ ਗਿਆ ਇੱਥੋਂ, ਭਾਜੀ ਦਾ ਭਾਈ ਜੀ ਵੀ ਗਿਆ, ਪਰਿਵਾਰ ਵੀ ਗਿਆ, ਪਹਿਲਾਂ ਬੇਟੀ ਇਕੱਲੀ ਸੀ ਉੱਥੇ, ਫੈਮਿਲੀ ਸੀ ਨਾਲ, ਅਤੇ ਹੁਣ ਇਹ ਗਏ ਨੇ, ਹੁਣ ਉੱਥੇ ਰਾਤ ਪਈ, ਹੁਣ ਸਵੇਰੇ ਸਾਰੀ ਕਾਰਵਾਈ ਕਰਨਗੇ। ਦੋਸ਼ੀ ਕਾਬੂ ਕਰ ਲਿਆ ਪੁਲਿਸ? ਦੋਸ਼ੀ ਕਾਬੂ ਹੋ ਗਿਆ, ਮਿਲ ਗਿਆ ਗਾ, ਉਹ ਜਿੱਥੇ ਦੇਖਿਆ ਨਾ ਉਹਨਾਂ, ਉਹ ਅੱਗੇ ਵੀ ਆਉਂਦਾ ਜਾਂਦਾ ਸੀ ਉਸ ਸਟੋਰ 'ਤੇ, ਪਹਿਲਾਂ ਵੀ ਆਉਂਦਾ ਜਾਂਦਾ ਸੀ ਸਟੋਰ 'ਤੇ, ਬਸ ਗੱਲ ਮਾੜੀ ਜਿਹੀ ਗੱਲ ਤੋਂ ਬਹਿਸ ਸਹੀ ਆਇਆ, ਉਹਨੇ ਕਿਹਾ ਵੀ ਤੂੰ ਭਾਈ ਤੈਨੂੰ ਵਾਰਾ ਖਾਂਦਾ ਤਾਂ ਲੈ ਲੈ, ਅਤੇ ਇਹ ਸਾਡੇ 3 ਰੇਟ ਹੋਏ ਨੇ, ਅਤੇ ਬਸ ਇੱਥੋਂ ਹੀ ਉਹਨੇ ਚੱਕ ਕੇ ਗੋਲੀ ਮਾਰਤੀ। ਹੋਰ ਵੀ ਕਸਟਮਰ ਲਾਗੇ ਹੈਗੇ ਸੀਗੇ, ਉਹਨਾਂ ਰੌਲਾ ਰੋਲਾ ਪਾਇਆ, ਉਸੇ ਵੇਲੇ ਪੁਲਿਸ ਨੂੰ ਕਾਲ ਕੀਤੀ, ਪੁਲਿਸ 2 ਮਿੰਟਾਂ 'ਚ ਪੁਲਿਸ ਆ ਗਈ, ਜਦੋਂ ਸਾਡਾ ਮੁੰਡਾ ਆ ਗਿਆ ਉੱਥੇ ਜਾਂਦਿਆਂ ਨੂੰ ਬਸ ਉਹ ਡਿੱਗਾ ਪਿਆ ਸੀ, ਪੁਲਿਸ ਨੇ ਫਿਰ ਸਭ। ਕੋਈ ਇਸ ਮਾਮਲੇ ਦੀ CCTV ਸਾਹਮਣੇ ਆਈ ਤੁਹਾਡੇ ਕੋਲ? ਹਾਲ ਤੱਕ ਕੋਈ ਨਹੀਂ, ਕੁਛ ਨਹੀਂ ਆਇਆ, ਉਹਨਾਂ ਸਾਰਾ ਕੁਛ ਪੁਲਿਸ ਨੇ ਆਪਣੇ ਕੰਟਰੋਲ 'ਚ ਕੀਤਾ, ਉਹਨਾਂ ਨੇ ਪੁੱਛ ਗਿੱਛ ਕਰਕੇ ਫਿਰ ਗਾਂ ਅਗਲੀ ਕਾਰਵਾਈ ਕਰਨੀ, ਬਾਡੀ ਬੁਡੀ ਦਿੱਤੀ ਨਹੀਂ ਹਾਲ ਤੱਕ, ਹੁਣ ਜਾਣਗੇ ਸਵੇਰੇ ਦਿਨ ਚੜ੍ਹੇਗਾ, ਇਸ ਵੇਲੇ ਰਾਤ ਉੱਥੇ, ਸਵੇਰੇ ਦਿਨ ਚੜ੍ਹੇਗਾ, ਅਤੇ ਮੈਂ ਹੁਣ ਮੁੰਡੇ ਨਾਲ ਗੱਲ ਕੀਤੀ ਹੈ, ਕਹਿੰਦੇ ਵੀ ਸਵੇਰੇ ਦਿਨ ਚੜ੍ਹਦਾ ਤਾਂ ਫਿਰ ਅਸੀਂ
ਕਰਦੇ ਹਾਂ ਕਾਰਵਾਈ, ਪੁੱਛਦੇ ਹਾਂ, ਪੁੱਛਣ ਮਿਲਦੇ ਹਾਂ। ਹਾਂਜੀ।